दोस्तों, मैं थोड़ा अपना सुवराज सिंह ते तुसीं जुड़ चुके हो साडे चैनल दे नाल। इस वक्त असी मौजूद हाँ जिला मानसा दे पिंड आदमकिया विच। सो पिंड दे जिहड़े लोग ने साडे नाल मौजूद ने, इत्थे मसला की है? मसला है जिहड़े घरां दा आपां पाणी कह सकदे हां उहदी निकासी नूं लै के इक मसला होया, जां फिर जिहड़ा वारशां दा पाणी आउंदा उसदी निकासी है जिहड़ी कहिंदे उह बंद कर दित्ती गई है। सो साडे नाल माता जी वी मौजूद है, सो पिंड दे समुच्चे जिहड़े नगर दे लोग आ उह वी मौजूद आ। आपां गल्लबात करदे हां ते जानकारी लैंदे हां वी की स्थिति है जिहड़ी बणी होई है। माता जी, सति श्री अकाल। ਸਤਿ ਸ਼੍ਰੀ ਅਕਾਲ ਬੇਟੇ, ਸਤਿ ਸ਼੍ਰੀ ਅਕਾਲ। ਕੀ ਮਸਲਾ ਬੇਬੇ, ਜਿਹੜੀ ਇਹ ਨਿਕਾਸੀ ਹੈ ਰੋਕੀ ਕਾਹਤੋਂ ਗਈ ਹੈ ਪਾਣੀ ਦੀ? ਇੱਕ ਇੱਥੇ ਇਹ ਸਰਪੰਚਾਂ ਦਾ ਵਿਹੜਾ ਵਹਿੰਦਾ, ਨਾਲ ਤਾਂ ਅਸੀਂ ਵੋਟਾਂ ਪਾ ਦਿੰਦੇ ਹਾਂ ਤੇ ਨਾਲੇ ਸਾਡੇ ਨਾਲ ਆ ਕੁਛ ਕਰਤਾ। ਠੀਕ ਹੈ। ਹਾਂਜੀ, ਕਿੰਨਾ ਟਾਈਮ ਹੋ ਗਿਆ ਪਾਣੀ ਬੰਦ ਕਰਿਆ? ਪਾਣੀ ਕਰਨ 3-4 ਮਹੀਨੇ ਹੋ ਗਏ। ਠੀਕ ਹੈ। ਹਾਂਜੀ, ਫਿਰ ਅਸੀਂ ਜਾਈਏ ਕਿੱਥੇ ਸਾਡੇ ਪੀੜੇ ਥਾਨ ਜੀ, ਹੈ ਕਿੱਥੇ ਪਾਣੀ ਲਾਉਣਾ? ਇੱਥੋਂ ਕੌਣ ਟੱਪੇ? ਕਿੰਨਾ ਕੁ ਨੰਗ ਆ ਇਹ, ਕਿੱਥੋਂ ਟਪਾਈਏ ਅਸੀਂ ਪਾਣੀ? ਜਾਇਦਾਦ ਨਹੀਂ ਕੋਈ, ਉਹ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ, ਜਵਾਕ ਅੱਜ ਕੱਲ੍ਹ ਮਸਾ ਪਾ ਗਿਆ। ਇਹ ਪਾਣੀ ਬੰਦ ਕਦੋਂ ਕੀਤਾ ਗਿਆ? ਪਾਣੀ ਸਰਪੰਚਾਂ ਨੇ ਕਰਾਇਆ, ਸਰਪੰਚ ਨੇ ਕਰਾਇਆ, ਸਰਪੰਚ ਇਹਨਾਂ ਦਾ ਸੀ। ਠੀਕ ਹੈ। ਇਹਨਾਂ ਦਾ ਸੀ ਉਦੋਂ, ਇਹਨਾਂ ਨੂੰ ਐਂ ਹੋ ਗਿਆ ਸਾਰੇ ਪਿੰਡ ਨੂੰ ਵੀ ਚੱਲ ਆਪਣਾ ਪਾਣੀ ਟੋਭੇ 'ਚ ਪੈਂਦਾ ਹੈ, ਆਪਾਂ ਕੀ ਲੈਣਾ? ਠੀਕ ਹੈ। ਐਡੀ ਵੱਡੀ ਗਲੀ ਹੈ ਜਿਹੜੀ ਇਹਨਾਂ ਨੇ ਦੋਨਾਂ ਘਰਾਂ ਨੇ ਅੱਧੋ ਅੱਧ ਰੋਕ ਲਈ, ਉਹ ਕਾਸ ਤੋਂ ਰੋਕੀ ਪੰਚਾਇਤੀ ਗਲੀ ਸੀ, ਟੋਭੇ ਨਹੀਂ ਜਾਂਦੀ ਸੀ। 90 ਸਾਲ ਦੀ ਉਮਰ ਹੋ ਗਈ ਮੇਰੀ। ਗੁਰਦੁਆਰੇ ਦਾ ਪਾਣੀ ਇੱਥੇ ਖੂਹ ਸੀ ਜਿੱਥੇ ਆ ਦਰਬਾਰ ਸਾਹਿਬ ਹੈ, ਇੱਥੇ ਖੂਹ ਸੀ, ਪਾਣੀ ਆ ਜਾਂਦਾ ਹੈ। 90 ਸਾਲ ਹੋ ਗਏ ਉਹਨਾਂ ਗੱਲਾਂ ਨੂੰ, ਪਾਣੀ ਕਾਸਤਾ ਰੋਕਿਆ ਇਹਨਾਂ ਨੇ। ਇਹਨਾਂ ਨੇ 4-4 ਮਰਲੇ, 3-3 ਮਰਲੇ ਥਾਂ ਹੋਈ ਹੈ ਲਾਟ, ਉਹ ਆਪਦੀ ਰੋਕ ਲੈਣ, ਦੂਜੀ ਸਾਰੀ ਕੱਢਣ। ਪੰਚਾਇਤੀ ਥਾਂ ਰੋਕਿਆ ਇਹਨਾਂ ਨੇ, ਹਾਂ ਪੰਚਾਇਤੀ ਰੋਕਿਆ, ਭਾਵੇਂ ਸਾਡਾ ਪਾਣੀ ਬੰਦ ਹੋ ਜਾਏ ਪਰ ਗਲੀ ਕੱਢਣੀ ਚਾਹੀਦੀ ਹੈ। ਹਾਂ, ਗੱਡੀ ਚਾਹੀਦੀ ਹੈ। ਸੋ ਮਾਤਾ ਦਾ ਕਹਿਣਾ ਕਿ ਜਿਹੜਾ ਪੰਚਾਇਤੀ ਥਾਂ ਹੈ ਉਹ ਕਿਸੇ ਦੇ ਵੱਲੋਂ ਰੋਕਿਆ ਗਿਆ। ਹੋਰ ਵੀ ਸਾਡੇ ਨਾਲ ਵੀਰ ਮੌਜੂਦ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਮੇਰਾ ਨਾਮ ਗੁਰਪਿੰਦਰ ਸਿੰਘ ਹੈ ਜੀ। ਗੁਰਪਿੰਦਰ ਸਿੰਘ ਜੀ, ਕੀ ਗੱਲਬਾਤ ਹੈ ਸਾਰੇ? ਇਹ ਜੀ, ਪਹਿਲਾਂ ਜਿਹੜਾ ਨਾਲਾ ਚੱਲਦਾ ਸੀ, ਉਹ ਸਮੇਂ ਦੀਆਂ ਕਿੰਨੀਆਂ ਵੀ ਸਰਕਾਰਾਂ ਆਈਆਂ ਗਈਆਂ, ਉਹਨਾਂ ਦੀ ਸਰਕਾਰਾਂ ਦੇ ਆਉਣ 'ਤੇ ਸਾਡਾ ਨਿਕਾਸੀ ਪਾਣੀ ਸੀਗਾ, ਕਦੇ ਕਿਸੇ ਨੇ ਨਹੀਂ ਰੋਕਿਆ। ਪਰ ਜਿੱਦੇ ਦੀ ਆਮ ਪਾਰਟੀ 3 ਮਹੀਨੇ ਹੋਏ ਆ ਸੱਤਾ ਦੇ ਵਿੱਚ ਆਈ ਹੈ, ਇਹ ਉਹ ਪਾਰਟੀ ਆਉਣ ਦੇ ਕਾਰਨ ਹੀ ਉਹਨਾਂ ਨੇ ਵੋਟਾਂ ਪਾਈਆਂ। ਚਲੋ ਮੰਨਦੇ ਹਾਂ ਵੋਟਾਂ ਪਾਉਣ ਦੇ ਕਾਰਨ, ਇਹ ਨਹੀਂ ਹੈਗਾ ਵੀ ਆਪਾਂ ਜਿਹੜਾ ਨਿਕਾਸੀ ਪਾਣੀ ਹੈ ਕਿਸੇ ਦਾ ਬੰਦ ਕਰਵਾ ਦਈਏ, ਉਹਦਾ ਕੋਈ ਹੱਲ ਕੱਢਣਾ ਚਾਹੀਦਾ ਵੀ ਪਾਣੀ ਕਿਸੇ ਪਾਸੇ ਨਹੀਂ ਲੰਘੇ। ਪਰ ਉਹ ਪਾਣੀ ਜਿਹੜਾ ਸਾਡਾ ਰੋਕਤਾ, ਅਸੀਂ 3 ਮਹੀਨੇ ਦੇ ਪਾਣੀ ਬਾਲਟੀਆਂ ਨਾਲ ਕੱਢ ਗਏ, ਕਿਵੇਂ ਕੱਢ ਗਏ, ਪਾਣੀ ਸਾਨੂੰ ਹੱਥੀਂ ਕੱਢਣਾ ਪੈਂਦਾ ਹੈਗਾ। ਪਰ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੀਗੀ, ਜਿਹੜੀ ਸਮੇਂ ਦੀ ਸਰਕਾਰ ਸੀ ਉਹ ਵੀ ਇਹਨਾਂ ਦੇ ਨਾਲ ਸੁਣਦੀ ਹੈਗੀ, ਪਰ ਅਸੀਂ ਕਿਵੇਂ ਵੀ ਕਰ ਗਏ, ਅਸੀਂ ਪਾਣੀ ਜਿੱਥੋਂ ਦੀ ਨਾਲਾ ਬਣਦਾ ਹੈਗਾ ਸਾਡਾ ਹੱਕ, ਉੱਥੋਂ ਦੀ ਪਾਣੀ ਕਢਵਾਵਾਂਗੇ। ਗੁਰੂ ਘਰ ਕੰਨੀ ਦੀ ਪਾਣੀ ਕਹਿੰਦੇ ਅਸੀਂ ਉੱਧਰ ਦੀ ਪਾਣੀ ਨਹੀਂ ਕੱਢਣ ਦਿੰਦੇ ਸੀ, ਅਸੀਂ ਪਹਿਲਾਂ ਕਹਿੰਦੇ ਸੀ ਵੀ ਗੁਰੂ ਘਰ ਕੰਨੀ ਦੀ ਕਢਵਾ ਦਾਂਗੇ, ਪਰ ਹੁਣ ਸਾਡੀ ਵੀ ਇਹ ਹੈਗੀ ਸਾਨੂੰ ਪਾਣੀ ਕਿੰਨਾ ਚਿਰ ਹੀ ਇੱਥੋਂ ਐਂ ਕੱਢਣਾ ਪੈ ਜੇ, ਪਰ ਪਾਣੀ ਅਸੀਂ ਜਿੱਥੋਂ ਦੀ ਸਾਡਾ ਪੰਚਾਇਤੀ ਜਗ੍ਹਾ ਹੈਗੀ ਉੱਥੋਂ ਦੀ ਪਾਣੀ ਕਢਵਾਵਾਂਗੇ। ਕਿਸੇ ਪ੍ਰਸ਼ਾਸਨ ਦੀ ਮਦਦ ਨਹੀਂ ਲਈ? ਪ੍ਰਸ਼ਾਸਨ ਕੋਲ ਗਏ ਹਾਂ ਜੀ, ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ, ਅਸੀਂ ਬਥੇਰੇ ਜਾਂਦੇ ਰਹੇ ਹਾਂ, ਉੱਥੇ ਇਹੀ ਹੁੰਦੇ ਸੀਗੇ ਵੀ ਚੱਲ ਪਾਣੀ ਕਹਿੰਦੇ ਗੁਰੂ ਘਰ ਕੰਨੀ ਦੀ ਕੱਢ ਦਈਏ ਜਾਂ ਕਿਵੇਂ ਕੱਢ ਦਈਏ। ਪਰ ਅਸੀਂ ਇਹ ਪੁੱਛਦੇ ਹਾਂ ਵੀ ਜਿਹੜਾ ਪਾਣੀ ਜਿੱਥੋਂ ਦੀ ਪਹਿਲਾਂ ਚੱਲਦਾ ਸੀਗਾ, ਹੋਰ ਸਰਕਾਰ ਨੇ ਕਿਸੇ ਨੇ ਉਹ ਨਹੀਂ ਕੀਤਾ, ਉੱਥੋਂ ਦੀ ਪਾਣੀ ਨਹੀਂ ਰੋਕਿਆ, ਉਦੋਂ ਕਹਿੰਦੇ ਇਹ ਕੋਈ ਇਹ ਕਹਿੰਦਾ ਵੀ ਸਾਡਾ ਥਾਂ ਹੈਗਾ, ਉਦੋਂ ਵੀ ਸਰਕਾਰਾਂ ਆਈਆਂ ਸੀ, ਉਦੋਂ ਕਿਉਂ ਨਹੀਂ ਆਪਦੇ ਥਾਂ ਦੀਆਂ ਉਹਨਾਂ ਨੇ ਅਲਾਟਮੈਂਟ ਕਰਵਾਈ ਵੀ ਸਾਡਾ ਥਾਂ ਬਣਦਾ ਹੈਗਾ? ਹੁਣ ਹੀ ਕਿਉਂ ਜੇ ਸਰਕਾਰ ਸੱਤਾ ਦੇ ਵਿੱਚ ਆਈਏ, ਹੁਣ ਹੀ ਇਹ ਆਪਣਾ ਇੰਨਾ ਭਰੋਸਾ ਕਿਉਂ ਦਿੰਦੇ ਵੀ ਸਾਡਾ ਥਾਂ ਹੈਗਾ? ਇਸ ਕਰਕੇ ਕਹਿੰਦੇ ਹਾਂ ਵੀ ਜਿਹੜਾ ਨਾਲਾ ਹੈਗਾ ਉਹ 4 ਫੁੱਟ ਚੌੜਾ ਹੈਗਾ, ਕੋਈ ਐਂ ਤਾਂ ਮਾਮੂਲੀ ਖਾਲੀ ਹੈ ਨਹੀਂ ਗੀ, ਉੱਥੇ 4 ਫੁੱਟ ਚੌੜਾ ਹੈਗਾ, ਡੂੰਘਾ ਵੀ ਹੈ 4.5 ਫੁੱਟ, ਉਸ ਨਾਲਾ ਕਢਵਾਇਆ ਜਾਵੇ, ਗਲੀ ਵੀ ਇਹ ਬਣਦੀ ਹੈ ਉੱਥੇ। ਪਰ ਅਸੀਂ ਉੱਥੇ ਜਿਹੜੀ ਗਲੀ ਰੋਕੀ ਆ ਸੀ ਉਹਦਾ ਮੁੱਦਾ ਨਹੀਂ ਚੱਕਿਆ ਸੀ ਪਹਿਲਾਂ, ਪਰ ਹੁਣ ਚੱਕਾਂਗੇ, ਕਿਉਂਕਿ ਗਲੀ ਆ ਜਿਹੜੀ ਉਹ ਰੋਕ ਲਈ ਸੀਗੀ ਅਸੀਂ। ਚਲੋ ਵੋਟਾਂ ਦੇ, ਹਰ ਇੱਕ ਸਰਪੰਚ ਨੂੰ ਵੋਟਾਂ ਦਾ ਲਾਲਚ ਹੁੰਦਾ ਹੈਗਾ, ਦੂਜਾ ਜਿਹੜਾ ਆਮ ਜਿਹੜਾ ਵਰਕਰ ਹੁੰਦਾ ਉਹ ਨਹੀਂ ਬੋਲਦਾ ਉਦੋਂ। ਪਰ ਜਦੋਂ ਮਤਲਬ ਕਿ ਸਰਪੰਚ ਨੇ ਉਹ ਗਲੀ ਰਖਵਾ ਤੀ, ਚਲੋ ਦੋ ਘਰਾਂ ਦੀ ਲੜਾਈ ਸੀਗੀ, ਸਾਨੂੰ ਐਂ ਸੀਗਾ ਵੀ ਸਾਡਾ ਪਾਣੀ ਨਾਲੇ ਦਾ ਇੱਧਰੋਂ ਘਰਾਂ ਦਾ ਜਾਂਦਾ ਹੈਗਾ, ਉਹ ਤਾਂ ਚੱਲਦਾ ਹੈਗਾ, ਪਰ ਉਹ ਜਦੋਂ ਹੁਣ ਉਹ ਵੀ ਬੰਦ ਕਰਵਾਤਾ, ਹੁਣ ਇਹ ਮੁੱਦਾ ਮਤਲਬ ਕਿ ਸਾਡਾ, ਅਸੀਂ ਉੱਠੇ ਹੈਗੇ ਲੋਕ ਜਦੋਂ ਮਤਲਬ ਕਿ ਲੋਕਾਂ ਦਾ ਪਾਣੀ ਵੀ ਬੰਦ ਕਰਤਾ, ਆਹ ਸਾਰੀ ਗਰੀਬ ਜਨਤਾ ਹੈਗੀ ਇੱਧਰੋਂ ਜਿਹੜੀ ਮਤਲਬ ਕਿ, ਹਾਂ ਮਤਲਬ ਕਿ ਬੰਦ ਕਰਤਾ ਇਹਨਾਂ ਦਾ ਪਾਣੀ, ਦਿਖਾ ਦਿਓ ਤੁਸੀਂ ਕੈਮਰਾਮੈਨ ਨੂੰ, ਕਹੋਗੇ ਇਹ ਸਾਰਾ ਪਾਣੀ ਜਿਹੜਾ ਸਵੇਰੇ ਸ਼ਾਮ ਹੱਥਾਂ ਦੇ ਨਾਲ ਬਾਲਟੀਆਂ ਦੇ ਨਾਲ ਕੱਢਿਆ ਜਾਂਦਾ ਹੈਗਾ। ਹਾਂ, ਕਦੇ ਕਹਿ
सो लगातार जिहड़ियां तस्वीरां असीं तुहानूं पिंड आदमकियां दीआं विखा रहे हैं जिथे लोगों का कहना कि भी जिहड़ी पानी की निकासी वह बंद है उसके कारण जिहड़ा पानी है जो पानी रुकता है तो वह जिहड़े मकान ने उन्हां दीआं नीआं दे विच पैंदा। तुसीं तस्वीरां विच वेख भी सकते हो कि किस तरह जिहड़े मकान है वह ढह ढेरी हो रहे हैं। सो होर भी कुछ साडे नाल इस मकान के जिहड़े मालक वह भी मौजूद आपां गल्लबात करदे हां। हाँ जी, सत श्री अकाल। सत श्री अकाल वीरे, पिंड आदम के लोगों की मांग है कि जिहड़े लगातार 70-75 साल तो भी ज्यादा जिहड़ा यह पानी की निकासी हुंदी सी कुछ परसन दे वल्लों वह पानी बंद कर दिता गया है। जिहड़े पिछले मकान ने तस्वीरां दे विच भी तुसीं वेख्या कि किस तरह बन्ने ला के पानी रोक रखा है, तो इसकी इन्हां लोगों की जिहड़ी सुनवाई वह होनी चाहिए। तो जिहड़ा पानी है जिथे नाले बने हुए सी उत्थों दी इह पानी निकलना चाहिए। सो कुछ क लोगों के वलों जिहड़ा इह पानी बंद कर दिता गया, तो आप देख सकते हैं कि पिंड आदमकियां दा जिहड़ा बुरा हाल है, निकासी पानी की निकासी बंद कर दी गई है। बापू जी सत श्री अकाल। सत श्री अकाल जी। सत श्री अकाल बापू। जिहड़ा मसला हो रहा पिंड दे विच जिहड़ा पानी बंद किया गया, की कहोगे इहदे बारे? असीं तां कहांगे वी सारी पहलां तों मुढ़ तों चली जांदा पानी। ठीक है जी। हुण सानूं तां असीं इस सरकार च ਵੀ ਬਹੁਤ ਭਰੇ ਹੋਣਗੇ, ਉਹਦੇ ਦਾ ਸਾਡੇ ਦਾ ਸਮਾਂ ਸਾਰੇ ਕੰਮ ਇੱਥੇ ਵਿਗਾੜ ਹੋ ਰਹੇ। ਅਸੀਂ ਤਾਂ ਇੰਨੇ ਤੰਗ ਹਾਂ ਛੱਡ ਗੱਲਾਂ 'ਤੇ ਜੀ, ਪਾਣੀ ਬੰਦ ਹੋ ਰਿਹਾ, ਇੱਥੇ ਸਾਨੂੰ ਬੈਠਣ ਨਹੀਂ ਦਿੰਦਾ ਕੋਈ, ਹੋਰ ਕਿਤੇ ਜਗ੍ਹਾ ਨਹੀਂ ਬੈਠਣ ਵਾਲੀ, ਨਾ ਤਾਂ ਧਰਮਸ਼ਾਲਾ, ਨਾ ਇੱਥੇ ਪੰਚਾਇਤ ਘਰ ਹੈ, ਗੁਰੂ ਘਰ 'ਚ ਬੱਚੇ ਲੱਗਦੇ ਦੇ, ਅਸੀਂ ਇੱਥੇ 2 ਮਿੰਟ ਬਹਿੰਦੇ ਹਾਂ ਬੁੜੇ, ਇੱਥੇ ਉਹ ਮਸਟਰ ਦੇ ਬੈਠਣ ਨਹੀਂ ਦਿੰਦੇ, ਸ਼ਰਾਬ ਪੀ ਕੇ ਸਾਨੂੰ ਤੰਗ ਕਰਦੇ ਨੇ, ਕੁਰਸੀਆਂ 'ਤੇ ਕੋਈ ਤੋੜੀ ਉਹ ਵੇਖੋ ਰੋਕਿਆ, ਬੈਠਣ ਤੋਂ ਕਿਉਂ ਰੋਕਿਆ ਜਾਂਦਾ ਜਦਕਿ ਇਹ ਤਾਂ ਜਗ੍ਹਾ ਸਰਕਾਰੀ ਹੈ? ਖਬਰ ਹੈ ਕਿਉਂ ਰੋਕਦੇ ਨੇ ਤੁਹਾਨੂੰ ਕੀ ਪਤਾ? ਇਹ ਤਾਂ ਉਹਨਾਂ ਨੂੰ ਪਤਾ ਹੈ ਵੀ ਕਿਉਂ ਰੋਕਦੇ ਨੇ, ਸਾਨੂੰ ਦੱਸਣ ਉਹ ਵੀ ਅਸੀਂ ਇਸ ਗੱਲ ਤੋਂ ਰੋਕਦੇ ਹਾਂ। ਠੀਕ ਹੈ ਫਿਰ ਉਹਨਾਂ ਫਿਰ ਅਸੀਂ ਜਿਹੜਾ ਇਹ ਪਾਣੀ ਚੱਲਦਾ ਸੀ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਜਿਹੜੀ ਨਿਕਾਸੀ ਹੋ ਰਹੀ ਸੀ? ਇਹ ਪਹਿਲਾਂ ਦਾ ਜੇ ਸਾਰੀ ਉਮਰ ਦਾ ਹੀ ਚੱਲਦਾ ਹੈ। ਠੀਕ ਹੈ ਜੀ। ਇੱਥੋਂ ਦੀ ਰਸਤਾ ਸੀਗਾ ਜੀ, ਇਹ ਰਸਤੇ 'ਚ ਫਿਰ ਨਾਲਾ ਬਣ ਗਿਆ, ਘੱਟੋ ਘੱਟ ਉਹ 30-40 ਸਾਲ ਅੱਗੇ ਹੋ ਗਏ ਹੋਣਗੇ, ਇਹਨੂੰ ਤੁਹਾਨੂੰ ਦੱਸਦੇ ਸਬੂਤ ਪਿਆ ਹੀ ਹੈ, ਉਹਦੇ ਵਿੱਚ ਹੀ ਪਾਣੀ ਚੱਲਦਾ ਸੀ, ਅੱਜ ਇਹ ਬੰਦ ਕਰ ਹੋ ਗਿਆ। ਆਹ ਗੁਰਦੁਆਰੇ ਦਾ ਪਾਣੀ ਵੀ ਤੁਸੀਂ ਦੇਖ ਕੇ ਜਾਓ ਬੰਦ ਹੋ ਰਿਹਾ। ਹੈਲੋ। ਹੈਲੋ। ਹਾਂਜੀ ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ ਸਿੰਘ ਜੀ ਬੋਲਦੇ ਜੀ, MLA? ਹਾਂਜੀ 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 ਸਰ, ਅਸੀਂ ਪਿੰਡ ਆਦਮਕੇ ਪਹੁੰਚੇ ਸੀ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਨੇ ਦਾ ਇਕੱਠ ਅੱਜ, ਸੋ ਉਹਦੇ ਬਾਰੇ ਪੁੱਛਦੇ ਸੀ, ਕਹਿੰਦੇ ਸੀ ਵੀ MLA ਸਾਹਿਬ ਕੋਲੇ ਵੀ ਗਏ ਸੀ ਪਰ ਮਸਲਾ ਹੱਲ ਨਹੀਂ ਹੋਇਆ ਹਜੇ। ਉਹਨਾਂ ਨੇ ਦੇਖੋ ਬੇਨਤੀ ਕਰਾ ਰਹੇ ਜੀ, ਅੱਜ SDM ਵੀ ਆਊਗਾ, ਦੇਖੋ ਉਹ ਕਹਿੰਦੇ ਵੀ ਇਹ ਨਜਾਇਜ਼ ਕੰਮ ਚੱਲਦੇ, ਉਹ ਕਹਿੰਦੇ ਸਾਡੀ ਆਪਣੀ ਜਗ੍ਹਾ ਦੀ ਜੀ, ਦੇਖੋ ਨਾਲੀ ਦੇ ਉੱਪਰ ਉਹਨਾਂ ਨੇ ਪਹਿਲਾਂ ਜਦੋਂ ਅੱਜ ਤੋਂ ਸਾਡੀ ਸਰਕਾਰ ਪਹਿਲਾਂ ਤਾਂ ਹੈ ਨੀ, ਅੱਜ ਤੋਂ 5-7 ਸਾਲ ਪਹਿਲਾਂ ਨਾਲੀ ਦੇ ਉੱਤੇ ਕੰਧ ਕੱਢੀ ਸੀ ਆ। ਹਾਂਜੀ ਹਾਂਜੀ। ਅੱਜ ਤਾਂ ਕੱਢੀ ਨੀ ਵੀ ਉਹ ਆਪਣੀ ਸਰਕਾਰ ਵੇਲੇ ਕੱਢੀ ਜੀ ਜੀ ਸਰ, ਉਹ ਕੰਧ ਕਬਜ਼ਾ ਕਰਿਆ ਵਾ, ਹੁਣ ਅਸੀਂ ਉਹਦੀ ਕਰਾਉਣੇ ਆ ਕਿ ਜੀ ਅਸੀਂ ਬੇਨਤੀ ਵੀ ਜੇ ਤਾਂ ਆ ਗਈ ਉਹ ਸਰਕਾਰੀ ਜਗ੍ਹਾ ਦੇ ਵਿੱਚ ਫਿਰ ਤਾਂ ਅਸੀਂ ਨਾਲਾ ਚਲਾਵਾਂਗੇ ਜੀ, ਜੇ ਹੁਣ ਬੇਨਤੀ ਦੇ ਵਿੱਚ ਉਹਨਾਂ ਦੀ ਜਗ੍ਹਾ ਆਉਂਦੀ ਹੈ ਫਿਰ ਉਹਦਾ ਕੋਈ ਅਲਟਰਨੇਟਿਵ ਦੇਸਾਂਗੇ, ਅੱਜ ਆਉਣਗੇ SDM ਸਾਹਿਬ, ਮੈਡਮ ਬੇਨਤੀ ਵਾਸਤੇ ਦਰਖਾਸਤ ਦਿੱਤੀ ਹੈ ਜੀ ਨਿਸ਼ਾਨਦੇਹੀ ਵਾਸਤੇ। ਠੀਕ ਹੈ ਜੀ। ਗੁਰਪ੍ਰੀਤ ਸਿੰਘ, ਲੋਕਾਂ ਦਾ ਕਹਿਣਾ ਨਾ ਜੀ, ਕਹਿੰਦੇ ਵੀ ਅਸੀਂ ਵਿਸ਼ਵਾਸ ਕੀਤਾ ਇਹਨਾਂ ਦੇ ਉੱਪਰ ਵੀ ਜਿੱਥੇ ਨਜਾਇਜ਼ ਕਬਜ਼ੇ ਇਹ ਸਰਕਾਰ ਹਟਾ ਰਹੀ ਹੈ, ਸਾਨੂੰ ਉਮੀਦ ਹੈ ਤੇ ਵੀ ਸਾਡਾ ਜਿਹੜਾ ਕੰਮ ਹੈ ਜਲਦੀ ਕੀਤਾ ਜਾਵੇ। ਲੱਗੇ ਪਏ ਹੁਣ ਕਿਸੇ ਦਾ ਘਰ ਢਾਉਣਾ, ਉਹਦੇ ਵਾਸਤੇ ਕਾਨੂੰਨੀ ਪ੍ਰਕਿਰਿਆ ਤਾਂ ਉਸ ਕਰਨੀ ਪਊਗੀ ਨਾ ਜੀ। ਜੀ ਗੁਰਪ੍ਰੀਤ ਸਿੰਘ ਜੀ, ਹਾਂ ਜੀ ਹਾਂ ਜੀ, ਜੇ ਸਾਡੀ ਨਿਸ਼ਾਨ ਦੀ ਹੋਵੇ ਸਾਡੇ ਕੋਲ ਰਿਕਾਰਡ ਹੋਊਗਾ, ਅਸੀਂ ਕਬਜ਼ਾ ਛਡਾਵਾਂਗੇ ਜੀ ਜੀ, ਪਰ ਇਹ ਕਬਜ਼ਾ ਅੱਜ ਤਾਂ ਨਹੀਂ, 8 ਸਾਲ ਪਹਿਲਾਂ ਦਾ ਉੱਤੇ ਨੂੰ ਇਹਨਾਂ ਦੇ ਉੱਤੇ ਕੰਧ ਕੱਢੀ ਸੀ, ਉਦੋਂ ਤੁਸੀਂ ਨਹੀਂ ਬੋਲਿਆ, ਹੁਣ ਜੇ ਉਹ ਬੰਦ ਹੋ ਗਿਆ ਤਾਂ ਲੋਕ ਬੋਲਿਆ ਸੀ ਤਾਂ ਕਰਾਉਣੇ ਨਿਸ਼ਾਨ ਦੇ ਹੀ, ਨਿਸ਼ਾਨ ਦੇ ਹੀ ਮੁਤਾਬਕ ਜੇ ਪੰਚਾਇਤੀ ਦੇ ਕਬਜ਼ਾ ਹੋਇਆ ਬਿਲਕੁਲ ਛਡਾਵਾਂਗੇ। ਠੀਕ ਹੈ ਜੀ, ਚਲੋ ਕੋਸ਼ਿਸ਼ ਕਰੋ, ਬੜੀਆਂ ਉਮੀਦਾਂ ਨੇ ਇਸ ਪਿੰਡ ਦੀਆਂ ਸਾਡੇ ਉੱਤੇ। ਠੀਕ ਹੈ ਜੀ, ਜ਼ਰੂਰ ਜ਼ਰੂਰ ਜੀ। ਠੀਕ ਹੈ, ਧੰਨਵਾਦ ਗੁਰਪ੍ਰੀਤ ਸਿੰਘ ਜੀ। ਠੀਕ ਹੈ, ਨੱਬੇ ਸਾਲਾਂ ਦੀਆਂ ਬੈਠੀਆਂ ਨੇ, ਉਦੋਂ ਦਾ ਸਾਡਾ ਪਾਣੀ ਉੱਥੋਂ ਲੰਘ ਰਿਹਾ ਹੈਗਾ। ਪਹਿਲਾਂ ਸਰਕਾਰ 25 ਸਾਲ ਅਕਾਲੀਆਂ ਦੀ ਵੀ ਰਹੀ, ਕਾਂਗਰਸ ਦੀ ਵੀ ਰਹੀ, ਉਦੋਂ ਦਾ ਉਹਨਾਂ ਦਾ ਬਹਿਣ ਬਣਿਆ ਨਾ, ਹੁਣ 2 ਮਹੀਨੇ ਦੂਸਰੀ ਸਰਕਾਰ ਆ ਗਈ ਤਾਂ ਉਹਨਾਂ ਨੇ ਚੱਕ ਕੇ ਉਹ ਨਾਲਾ ਬੰਦ ਕਰਤਾ ਸਾਡਾ। ਅੱਛਾ, ਜੋ ਗੁਰਪ੍ਰੀਤ ਸਿੰਘ ਹੈ ਜੀ, ਮਣਾਂ ਵਾਲੀ ਬਹੁਤ ਭਲਾ ਮਾਨਸ ਬੰਦਾ ਹੈ ਜੀ, ਉਹ MLA, ਉਹ ਇੱਥੇ ਜਿਹੜੇ ਬੰਦਿਆਂ ਦੀ ਡਿਊਟੀ ਲਾਉਂਦਾ ਵੀ ਜਾ ਕੇ ਦੇਖ ਕੇ ਆਓ, ਉਹ ਬੰਦੇ ਉਹਨੂੰ ਸਹੀ ਗੱਲ ਨਹੀਂ ਦੱਸ ਰਹੇ ਜੀ, ਜਾ ਕੇ ਇਹ ਗੱਲ ਨਹੀਂ ਕਹਿ ਰਹੇ ਵੀ ਪਾਣੀ ਉੱਥੋਂ ਨਹੀਂ ਚੱਲਦਾ ਸੀਗਾ। ਤੁਸੀਂ ਕਦੇ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ? ਅਸੀਂ ਮਿਲ ਕੇ ਆਏ ਹਾਂ ਜੀ, 3-4 ਵਾਰਾਂ ਮਿਲਿਆ ਜੀ ਸਾਰੇ ਆ।
ਵਿਹੜੇ ਵਾਲੇ ਜਿੰਨੇ ਆ ਗਏ ਜੀ। ਹਾਂਜੀ ਸਾਰੇ ਸਾਨੂੰ ਕਹਿੰਦੇ ਵੀ ਹਾਂ ਨਿਕਲੂ ਪਾਣੀ ਉੱਥੋਂ ਦੀ ਨਿਕਲੂਗਾ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਕੀ ਮੰਗ? ਇਸ ਤਾਂ ਇਹੀ ਕਹਿੰਦੇ ਵੀ ਸਾਡਾ ਪਾਣੀ ਉੱਥੋਂ ਦੀ ਟਪਾਇਆ ਜਾਵੇ ਜੀ। ਹਾਂਜੀ ਜਿਹੜਾ ਸਰਕਾਰੀ ਜਗ੍ਹਾ ਉੱਥੋਂ ਦੀ ਪਾਣੀ? ਹਾਂਜੀ ਜਿੱਥੋਂ ਦੀ ਪਹਿਲਾਂ ਜਾਂਦਾ ਸਾਡਾ ਉੱਥੋਂ ਹੀ ਟਪਾਇਆ ਜਾਵੇ। ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਸਾਡੇ ਨਾ ਇਹ ਜਿਹੜਾ ਨਾਲਾ ਚੱਲਦਾ ਜੀ ਇਦੋਂ ਕੋਈ 80-90 ਸਾਲ ਪਹਿਲਾਂ ਦਾ ਚੱਲ ਰਿਹਾ ਹੈ ਅਤੇ ਹੁਣ ਚੌਥੇ ਮਹੀਨੇ ਦੀ 21 ਤਰੀਕ ਦੀ ਸਾਡੀ PDPO ਨੂੰ ਦਰਖਾਸਤ ਦਿੱਤੀ ਹੋਈ ਹੈ, ਕੋਈ ਸੁਣਵਾਈ ਨਹੀਂ ਹੋਈ। ਉਦੋਂ ਦਾ ਪਾਣੀ ਬੰਦ ਪਿਆ, ਇਹ ਤਾਂ ਚਲੋ ਕੁਦਰਤ ਮਹਾਰਾਜ ਦੀ ਮੀਂਹ ਨਹੀਂ ਪਿਆ, ਜੇ ਮੀਂਹ ਪੈਂਦਾ ਪਤਾ ਨਹੀਂ ਕੀ ਹਾਲ ਹੁੰਦਾ। ਇੱਕ ਵਾਰੀ ਮੀਂਹ ਪਿਆ ਉਹਨਾਂ ਨੇ ਗੱਟਾ ਚੱਕ ਕੇ ਵਿਚਾਲਿਓ ਬੰਦ ਕਰਿਆ, ਊਂ ਨਹੀਂ ਜਦ ਵੈਸੇ ਬੰਦ ਬੰਦ ਕਰਿਆ ਹੋਇਆ ਉਹਨਾਂ ਨੇ ਜਿਹਦੇ ਥੱਲੇ ਦੀ ਘਰ ਦੇ ਟੱਪਦਾ। ਬਾਅਦ 'ਚ ਪਾਣੀ ਉਹਨਾਂ ਦੇ ਮਕਾਨ ਦੇ ਥੱਲੋਂ ਦੀ ਨਿਕਲਿਆ? ਉਹਨੇ ਦੋ ਇੱਕ ਬਾਥਰੂਮ ਹੈ, ਇੱਕ ਛੱਤਰਾ ਜਿਹਾ ਬਣਾਇਆ ਹੋਇਆ ਬਣਾਇਆ, ਬਾਅਦ 'ਚ ਪਾਣੀ ਤਾਂ ਪਹਿਲਾਂ ਦੇ ਨਿਕਲਦਾ ਨਾ, ਪਾਣੀ ਪਹਿਲਾਂ ਹੀ ਟੱਪਦਾ। ਉੱਥੇ ਉਹਨਾਂ ਨੇ ਕੋਈ ਸਿਸਟਮ ਬਣਾਇਆ ਜਦੋਂ ਮੀਂਹ ਮੂੰਹ ਪੈਟਦਾ ਉੱਥੇ ਬੰਦ ਕਰ ਦਿੰਦੇ। ਗੁਰੂ ਘਰ ਦੇ ਵਿੱਚ ਵੀ ਪਾਣੀ, ਹੁਣ ਗੁਰੂ ਘਰ ਦਾ ਪਾਣੀ ਵੀ ਉਹਨਾਂ ਨੇ ਬੰਦ ਕਰਤਾ, ਜਿਵੇਂ ਪੈਪ ਮੋਂਦੇ ਲਾ ਕੇ ਗੁਰੂ ਘਰ ਦੇ ਵਿੱਚ ਪਾਣੀ ਪੈਂਦਾ ਗੰਦਾ, ਕੋਈ ਹਾਲ ਨਹੀਂ ਹੈਗਾ। ਅਸੀਂ ਇਹ ਚਾਹੁੰਦੇ ਵੀ ਸਾਡਾ ਜਿਹੜਾ ਪਾਣੀ ਜਦੋਂ ਪਹਿਲਾਂ ਉੱਥੋਂ ਨਿਕਲਦਾ ਹੁਣ ਕਿਉਂ ਬੰਦ ਹੋ ਰਿਹਾ, ਕਿਉਂ ਨਹੀਂ ਪ੍ਰਸ਼ਾਸਨ ਸੁਣਦਾ? ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਵੋਟਾਂ ਚਲੋ ਅੱਜ ਨਾਲ ਸਵੇਰੇ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਜਿੱਥੋਂ ਦੀ ਪਾਣੀ ਜਦੋਂ 100 ਸਾਲ ਦਾ ਪਹਿਲਾਂ ਨਾ, ਚਲੋ ਉਹਨਾਂ ਨੇ ਮਕਾਨ ਪਾ ਲਿਆ, ਪਾਣੀ ਤਾਂ ਪਹਿਲਾਂ ਹੀ ਲੰਘਦਾ ਨਾ, ਉਹ ਕਹਿੰਦੇ ਵੀ ਸਾਡਾ ਮਕਾਨ ਹੈ ਅਸੀਂ ਦਿੱਤਾ ਮੰਗਵਾਂ, ਫਿਰ 100 ਸਾਲ ਹੋ ਗਏ ਜੀ ਪਾਣੀ, ਫਿਰ ਉਹਨਾਂ ਨੂੰ ਰੁਕਿਆ ਉਹਨਾਂ ਨੇ ਹੁਣ ਪਾਉਣੇ ਨਹੀਂ ਮਕਾਨ ਉਹਨਾਂ ਨੇ ਜਦੋਂ ਪਾਣੀ ਪੰਚਾਇਤੀ ਸਾਹਮਣੇ ਦੀ ਨਾਲਾ ਜਾਂਦਾ ਹੈ। ਅਸੀਂ ਇਹ ਚਾਹੁੰਦੇ ਵੀ ਸਾਡਾ ਪਾਣੀ ਉੱਥੋਂ ਹੀ ਲੰਘਣਾ ਚਾਹੀਦਾ, ਜਿਹੜਾ ਉਹ ਕਹਿੰਦੇ ਗੁਰੂ ਘਰ ਮੂਰਤੀ ਅਸੀਂ ਕਿਸੇ ਹਾਲਤ ਵੀ ਨਹੀਂ ਲੰਘਣ ਦੇਣਾ, ਪਹਿਲਾਂ ਟੱਪ ਜਾਂਦਾ ਟੱਪ ਜਾਂਦਾ, ਅਸੀਂ ਬੰਦ ਰੱਖ ਲਾਂਗੇ ਪਰ ਗੁਰੂ ਘਰ ਮੂਰਤੀ ਅਸੀਂ ਗੰਦ ਨਹੀਂ ਪਾਉਂਦੇ। ਅਸੀਂ ਸਹਿਮਤ ਨਹੀਂ ਗੁਰੂ ਘਰ ਦੇ ਗੇਟ ਮੂਰਤੀ ਪਾਣੀ ਟਪਾਉਣ ਵਾਸਤੇ, ਜਿੱਥੋਂ ਦੀ ਸਾਡਾ ਪਾਣੀ ਜਾਂਦਾ ਉੱਥੋਂ ਦੀ ਪਾਣੀ ਜਾਵੇ, ਜਾਂ ਉਹ ਟਪਾਉਂਦੇ ਆ ਜਾਂ ਕੋਈ ਸਰਕਾਰ ਟਪਾਉਂਦੀ ਆ, ਉਹ ਉਹਨਾਂ ਦੀ ਮਰਜ਼ੀ ਆ, ਸਾਡਾ ਨਾ ਇਹੋ ਵੀ ਇਹਨਾਂ ਬੰਦਿਆਂ ਨੇ ਪਾਣੀ ਉੱਧਰ ਦੀ ਟਪਾ ਦਿੱਤਾ। ਸਾਡਾ ਇੱਕ ਬੰਦਾ ਆ, ਅੱਜ ਤਾਂ ਸਾਡੇ ਦੋ ਘਰਾਂ ਨਾਲ ਟੱਕਰਿਆ ਜੀ, ਕੱਲ੍ਹ ਨੂੰ ਗੁਰਦੁਆਰੇ ਦੇ ਮੂਹਰੇ ਸਾਰਾ ਪਿੰਡ ਉੱਥੇ ਆ ਖੜੂਗਾ ਵੀ ਅਸੀਂ ਇੱਥੋਂ ਦੀ ਪਾਣੀ ਇਹ ਘੱਟ ਪਾਉਂਦੇ, ਅਸੀਂ ਉੱਧਰ ਦੀ ਟਪਾ ਕੇ ਰਾਜੀ ਨਹੀਂ ਹਾਂ। ਜੇ ਕੋਈ ਹੋਰ ਟਪਾਉਂਦਾ ਜਾਂ ਜਿਵੇਂ ਕੋਈ ਹੁੰਦਾ ਕੋਈ ਗੱਲ ਨਹੀਂ, ਉਹਨਾਂ ਦੀ ਜਿਵੇਂ ਮਰਜ਼ੀ ਗੱਲ, ਸਾਡੇ ਤੇ ਗੱਲ ਨਾ ਆਵੇ ਇਹਨਾਂ ਨੇ ਟਪਾ ਦਿੱਤਾ ਪਾਣੀ ਉੱਧਰ। ਪਾਣੀ ਮਰਿਆ ਜੀ ਵਿਸ ਤਰ੍ਹਾਂ ਪਹਿਲਾਂ ਤਾਂ ਬੰਦ ਸੀ ਇੱਧਰੋਂ ਪਾਣੀ, ਗੁਰਦੁਆਰਾ ਸਾਹਿਬ ਡੱਗ ਵੀ ਸੰਭਣ ਲੱਗ ਗਿਆ ਸੀਗਾ, ਹੁਣ ਸਾਡੇ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਇੱਧਰ ਦੀ ਪਾਣੀ ਕੱਢ ਕੇ ਹੁਣ ਬਾਹਰ ਕੱਢਦੇ ਹਨ ਇੱਧਰੋਂ ਪੈਪਾਂ ਪਾ ਕੇ, ਉੱਧਰਲਾ ਅਸੀਂ ਲੜਾਈ ਤੋਂ ਡਰਦੇ ਮਾਰੇ ਉੱਧਰ ਬੰਦ ਹੀ ਕਰਤਾ ਸੀ। ਹਾਂਜੀ ਇਹੀ ਹੈ। ਅੱਛਾ ਵੀ ਜਿਹੜੀ ਜਗ੍ਹਾ ਉਹਨਾਂ ਤੋਂ ਖਾਲੀ ਕਰਵਾਉਣ ਦੀ ਬਜਾਏ ਤੁਸੀਂ ਗੁਰੂ ਘਰ ਦੇ ਵਿੱਚ ਦੀ ਪਾਣੀ ਕੱਢ? ਹਾਂਜੀ ਅਸੀਂ ਐਂ ਕੱਢ ਰਹੇ ਹਾਂ ਵੀ ਲੜਾਈ ਵਾਲਾ ਕੰਮ ਨਾ ਹੋਵੇ, ਬਸ ਵੀ ਇੱਥੇ ਐਂ ਕੱਢ ਕੇ ਇੱਧਰ ਕੱਢ ਦਾਂਗੇ ਜੀ। ਬੰਦ ਕਿੰਨਾ ਨੇ ਕਰਿਆ ਬੰਦ? ਹੁਣ ਮੈਂ ਕਹਿਣਾ ਮੈਨੂੰ ਔਖਾ, ਮੈਂ ਸਾਂਝਾ ਬੰਦਾਗਾ ਅਤੇ ਕਿਉਂ ਵੀ ਇਹ ਕਹਿਣੀ ਥੋੜ੍ਹੀ ਗੱਲ ਔਖੀ ਲੱਗਦੀ ਕਿ ਤੁਸੀਂ ਪਤਾ ਟਾਈਮ ਲੰਘਾਉਣਾ ਮੈਂ ਤਾਂ ਜਾਂਦਾ। ਹਾਂਜੀ ਹਾਂ ਪਾਣੀ ਪਿੱਛੋਂ ਬੰਦ ਕਰ ਦਿੱਤਾ ਗਿਆ ਸੀ ਉਹਦਾ ਕਰਕੇ? ਹਾਂਜੀ ਪਾਣੀ ਬੰਦ ਕਰਦਾ ਹੈ, ਡੱਗ ਜਿਹੜਾ ਲੈਟਰਿੰਗ ਵਾਲਾ ਸਿਮਣ ਲੱਗ ਗਿਆ ਸੀਗਾ ਜੀ, ਬਹੁਤ ਮੁਸ਼ਕਲ ਸਮੇਲ ਆਉਣ ਲੱਗ ਗਈ, ਸਭ ਤੋਂ ਗੰਦੀ ਖੜਨਾ ਖੜਿਆ ਨਹੀਂ ਜਾਂਦਾ ਸੀਗਾ। ਹਾਂਜੀ ਉਹ ਘਰ ਪਰ ਟਰੱਕ ਟਰਾਲਾ ਖੜਾ ਆ, ਇਹ ਸਾਨੂੰ ਪਾਣੀ ਬਿਨਾਂ ਬਹੁਤ ਔਖਾ ਹੈ ਜੀ, ਉਡੀਕਦਾ ਮੈਨੂੰ 30-32 ਸਾਲ ਹੋ ਗਿਆ ਇਹਨੂੰ, ਉਦੋਂ ਪਹਿਲਾਂ ਦਾ ਪਾਣੀ ਟੱਪਦਾ ਇੱਥੋਂ ਦੀ, ਅਤੇ ਅੱਧੀ ਗਲੀ ਛੱਡੀ ਹੋਈ ਆ ਉਹ ਵੀ ਰੋਕ ਲਈ ਇਹਨਾਂ ਨੇ, ਅਤੇ ਸਾਨੂੰ ਐਂ ਆ ਵੀ ਸਾਡਾ ਪਾਣੀ ਟੱਪਣਾ ਚਾਹੀਦਾ, ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਆਮ ਆਦਮੀ ਆਏ ਆ ਜਿੱਦੇ ਬਣ ਗਈ ਸਰਕਾਰ ਉੱਦਾਂ ਹੀ ਪਾਣੀ ਰੋਕ ਲਿਆ ਇਹਨਾਂ ਨੇ, ਜਿਸ ਦਿਨ ਸਰਕਾਰ ਬਣ ਗਈ ਉਸ ਦਿਨ ਦਾ ਪਾਣੀ ਬੰਦ ਹੈ ਜੀ, ਅਸੀਂ ਬਹੁਤ ਔਖੇ ਹਾਂ। ਜਿੰਨੇ ਵੀ ਹੈ ਕੋਈ ਆਦਮਕਿਆਂ ਦਾ ਹਾਲ ਹੈ ਨੀ ਜੀ। ਹਾਂਜੀ ਸਾਡੇ ਅੱਗੇ ਇਹ ਬੇਨਤੀ ਹੈ ਵੀ ਸਾਡਾ ਪਾਣੀ ਟੱਪਣਾ ਚਾਹੀਦਾ। ਹਾਂਜੀ ਹਾਂਜੀ ਬਾਈ ਜੀ ਕੀ ਨਾਮ? ਮੇਰਾ ਨਾਮ ਧਨਜੀਤ ਸਿੰਘ ਹੈ ਜੀ। ਧਨਜੀਤ ਕੀ ਕਹਿਣਾ ਚਾਹੁੰਦੇ? ਇਹ ਦੇਖ ਲਓ ਜੀ, ਕਹਿਣ ਦੀ ਲੋੜ ਹੀ ਨਹੀਂ, ਆ ਡੱਗੀਆਂ ਭੰਨਤੀਆਂ, ਅਸੀਂ ਮਿਸਤਰੀ ਲੱਗੇ ਤਾਂ ਅਸੀਂ ਤਾਂ ਲਾਤੀ ਆ ਆਟਾ, ਇਹ ਪਾਣੀ ਪੈਪ ਸੀਗੀ ਸਾਰੀ ਉਹ ਮੂਹਰੋਂ ਬੰਦ ਕਰਤੀ ਇਹਨਾਂ ਨੇ ਤੁੰਨ ਕੇ, ਬੰਦ ਕਰਕੇ ਅਤੇ ਪਾਣੀ ਇੱਧਰ ਕੱਢਤਾ ਗੁਰੂ ਘਰ ਚ ਅੰਦਰ ਦੇਖ ਲਓ ਸੀਵਰੇਜ ਵਾਲੇ ਡੱਗ ਉੱਬਲ ਗਏ, ਐਂ ਜਾ ਕੇ ਖੁੱਲਦੀ ਉੱਥੇ ਸਾਰੀ ਇਹਨਾਂ ਨੇ ਬੰਦ ਕਰਤੀ ਡੱਗੀ ਭੰਨਤ ਉੱਤੇ ਹੈ, ਅੰਦਰ ਜਾ ਕੇ ਦੇਖੋ ਗੁਰੂ ਘਰ ਦਾ ਕੀ ਹਾਲ ਹੈ। ਅਤੇ ਹੁਣ ਤੁਸੀਂ ਦੇਖੋ ਕੁਰਸੀਆਂ ਭੰਨਤੀਆਂ ਨਾਲੇ ਦੇਖੋ ਜੀ ਇਹਨਾਂ ਨੇ ਕਦੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਜੀ ਅਸੀਂ ਨਹੀਂ ਕੀਤੀ, ਕਿਉਂਕਿ ਮੂਹਰੋਂ ਗਲ ਪੈਂਦੇ ਆ, ਗਾਲਾਂ ਦਿੰਦੇ ਆ ਗੁਰੂ ਵੀ ਪੁੱਠਾ ਬੋਲਦੇ ਆ, ਬੁੱਢੀਆਂ ਮੂਹਰੇ ਆਉਂਦੀਆਂ ਫਿਰ ਹੁਣ ਅਸੀਂ ਕੀ ਬੋਲੀਏ, ਬੰਦੇ ਆਉਂਦੇ ਨੇ। ਹਾਂਜੀ ਸਾਡਾ ਜੀ ਪਾਣੀ ਜਿੱਥੋਂ ਹੀ ਟੱਪਦਾ ਉੱਥੋਂ ਹੀ ਪਾਣੀ ਲੰਘਣਾ ਚਾਹੀਦਾ, ਜੋ ਸਾਡਾ ਮਕਾਨ ਹੈ ਹੁਣ ਇਹ ਸਾਡਾ ਮੌਕਾ ਦੇਖਿਆ ਜਾਵੇ, ਸਾਡੀਆਂ ਕੰਧਾਂ ਡਿੱਗੀ ਜਾਂਦੀਆਂ ਜਿਹੜਾ ਨਵੀਂ ਥਾਂ ਵੀ ਮਕਾਨ ਆਪਣਾ ਪਾਣੀ ਟਪਾਉਣਾ ਚਾਹੁੰਦੇ ਨੇ, ਐਸੇ ਉੱਧਰ ਦੀ ਨਹੀਂ ਟੱਪਣ ਦਿੰਦੇ, ਜਿੱਥੋਂ ਦੀ ਪਾਣੀ ਦਾ ਹੱਕ ਉੱਥੋਂ ਹੀ ਟੱਪੇ, ਸਾਡਾ ਜਾ ਕੇ ਹੁਣੇ ਮੌਕਾ ਦੇਖਿਆ ਜਾਵੇ ਆ ਕੇ ਸਾਡੇ ਮਕਾਨ ਡਿੱਗੀ ਜਾਂਦੇ ਨੇ, ਛੱਪੜ ਭਰਿਆ ਜੀ ਪਾਣੀ ਵਾਪਸ ਆਈ ਜਾਂਦਾ ਬੀਹੀ 'ਚ ਅਤੇ ਸਾਡੀਆਂ ਕੰਧਾਂ ਪੱਟ ਗਿਆ ਪਈਆਂ ਨੇ।
जी पानी के कारण साढ़े मकान डिगी जाते हैं, इन्हों का इंतजाम जरूर होना चाहिए है। मकान साढ़े जरूर सारे हम पाटे पेने के देखी जाने तुम तो, बहुत नुकसान होया पा सा। हाँ जी।